ਅੱਜ ਅਸੀਂ ਕਰਾਂਗੇ ਜਮਾਤ 6ਵੀਂ ਦੀ ਪੰਜਾਬੀ ਦਾ ਪਾਠ ਨੰਬਰ 19 ਤੇ ਪਾਠ ਦਾ ਨਾਮ ਹੈ 파ਰਦ ਦਾ ਲਾਲ ਬੱਚਿਓ ਇਹ ਇੱਕ ਇਕਾਂਗੀ ਹੈ ਅਤੇ ਇਸ ਨੂੰ ਹਰਪ੍ਰਜਨ ਸਿੰਘ ਨੇ ਲਿਖਿਆ ਹੋਇਆ ਹੈ ਤੇ ਇਸੇ ਇਕਾਂਗੀ ਦੇ ਪਾਤਰ ਕਿਹੜੇ-ਕਿਹੜੇ ਨੇ ਰਣਬੀਰ ਬੱਚਿਆਂ ਦੀ ਮਾਂ ਹੈ ਚਮਸ਼ੀਰ ਰਣਬੀਰ ਦੇ ਪੁੱਤਰ ਦਾ ਨਾਮ ਹੈ ਤੇ ਨਿਰਮਲ ਰਣਬੀਰ ਦੀ ਤੀ ਦਾ ਨਾਮ ਹੈ ਮਾਮਾ ਚੋਰ ਥਾਣੇਦਾਰ ਹੈ ਸਿਪਾਹੀ ਹੈ ਤੇ ਸਮ ਵਕਤ ਦੱਸਿਆ ਹੋਇਆ ਹੈ ਸਵੇਰ ਵੇਲਾ ਠੀਕ ਹੈ ਉਹ ਦ੍ਰਿਸ਼ ਕੀ ਹੈ ਸੀਨ ਕਿਹੜਾ ਵਾ ਕਿ ਦਿੱਲੀ ਸ਼ਹਿਰ ਦੀ ਇੱਕ ਗਲੀ ਹੈ ਜਿਹਦੇ ਵਿੱਚ ਇੱਕ ਸਧਾਰਨ ਜਿਹਾ ਕਮਰਾ ਹੈ ਤੇ ਉਹਦਾ ਜਿਹੜਾ ਦਰਵਾਜ਼ਾ ਹੈ ਉਹ ਗਲੀ ਵਿੱਚ ਖੁੱਲਦਾ ਹੈ ਤੇ ਜਿਹੜਾ ਕਮਰੇ ਦਾ ਪਿਛਲਾ ਦਰਵਾਜ਼ਾ ਹੈ ਉਹ ਸਿਰਫ ਦਿਖਦਾ ਹੀ ਹੈ ਤੇ ਪਰਦਾ ਜਦੋਂ ਉੱਠਦਾ ਹੈ ਤੇ ਕੀ ਦੇਖਿਆ ਜਾਂਦਾ ਹੈ ਕਿ ਇੱਕ 35 ਸਾਲਾਂ ਦੀ ਜਿਹੜੀ ਔਰਤ ਹੈ ਰਣਵੀਰ ਕੋਲ ਉਹ ਇੰਗੀਠੀ ਉਦੇ ਉੱਪਰ ਇੱਕ ਫੋਟੋ ਨੂੰ ਸਾਫ਼ ਸੁਥਰਾ ਕਰਕੇ ਰੱਖ ਰਹੀ ਹੈ ਬੜੇ ਆਦਰ ਦੇ ਨਾਲ ਉਹਦਾ ਜਿਹੜਾ ਪੁੱਤਰ ਹੈ 15 ਸਾਲਾਂ ਦਾ ਸ਼ਮਸ਼ੀਰ ਤੇ ਉਹਦੀ ਜਿਹੜੀ ਧੀ ਹੈ 7 ਵਰਿਆਂ ਦੀ ਉਹ ਉਸ ਫੋਟੋ ਦੇ ਅੱਗੇ ਸਿਰ ਚੁਕਉਂਦੇ ਨੇ ਤੇ ਉਹ ਫੋਟੋ ਕਿਹਦੀ ਹੈ ਇੱਕ ਫੌਜੀ ਅਫਸਰ ਦੀ ਹੈ ਤੇ ਇਹ ਸੀ ਨਾ ਹੁਣ ਅੱਗੇ ਅਸੀਂ ਸ਼ੁਰੂ ਕਰਦੇ ਹਾਂ ਪਾਤਰਾਂ ਦੀ ਗੱਲਬਾਤ ਨੂੰ ਰਣਬੀਰ ਕਹਿ ਰਿਹਾ ਹੈ ਸ਼ੇ ਰਣਬੀਰ ਕਹਿ ਰਿਹਾ ਹੈ ਸ਼ੇ ਤੂ ਤੂਫ ਤੁਖਾ ਮੈਂ ਫੁੱਲਾਂ ਦਾ ਹਾਰ ਲੈ ਕੇ ਹੁਨੇ ਆਈ ਤੇ ਸ਼ਮਸ਼ੀਰ ਕਹਿ ਰਿਹਾ ਹੈ ਮਾਤਾ ਜੀ ਹਾਰ ਮੈਂ ਨਸਕੇ ਲੈ ਆਉਂਦਾ ਹਾਂ ਤੁਹੀ ਕਿੱਥੇ ਇੰਨੀ ਦੂਰ ਜਾਓਗੇ ਰਣਬੀਰ ਕਹਿ ਰਹੀ ਹੈ ਹੁਣ ਨਹੀਂ ਮੈਂ ਹੀ ਜਾਂਦੀ ਹਾਂ ਨਾਲੇ ਗੁਰਦੁਆਰੇ ਮੱਥਾ ਟੇਕਾਵਾਂਗੀ ਹੁਨੇ ਆਈ ਸ਼ੇਰੇ ਕਰਦਾ ਧਿਆਨ ਰੱਖੀ ਕੁੰਡਾ ਲਾਲ ਐ ਬਾਹਰ ਵੱਲ ਚੱਕਦੀ ਹੋਈ ਗਲੀ ਸੁਨਮ ਸੁਨਨੀ ਪਈ ਐ ਸੁਨਮ ਸੁਨਨੀ ਮਤਲਬ ਗਲੀ ਦੇ ਵਿੱਚ ਤੋਂ ਕੋਈ ਆਵਾਜ਼ ਆਈ ਨਾ ਹੋਵੇ ਕੋਈ ਆਜਾਲ ਨਾ ਰਿਹਾ ਹੋਵੇ ਉਹਨੂੰ ਕਹਿ ਦਿੰਦੇ ਨੇ ਸੁਨਮ ਸੁਨਨੀ ਖਬਰੇ ਸਾਰੇ ਜਨਵਰੀ 26 ਜਨਵਰੀ ਦੇ ਜਸ਼ਨ ਦੇਖਣ ਚਲੇ ਗਏ ਹੁਣ ਨਿਰਮਲ ਕਹਿ ਰਹੀ ਐ ਮਾਤਾ ਜੀ ਅਸੀਂ ਵੀ ਚਾਕੀਆਂ ਦੇਖਣੀਆਂ ਨੇ ਤੇ ਸ਼ਮਸ਼ੀਰ ਕਹਿ ਰਿਹਾ ਹੈ ਪਿਛਲੇ ਸਾਲ ਵਾਂਗ ਜੇ ਗੁੰਮ ਹੋ ਗਏ ਫਿਰ ਗੁੰਮ ਹੋ ਗਏ ਮਤਲਬ ਗਵਾਚ ਗਏ ਰਣਬੀਰ ਕਹਿ ਰਹੀ ਹੈ ਸ਼ਾਮ ਨੂੰ ਜ਼ਰੂਰ ਚੱਲਾਂਗੇ ਨਾਲੇ ਰੌਸ਼ਨੀ ਦੇਖਾਂਗੇ ਸ਼ੇਰੇ ਧਿਆਨ ਰੱਖੀ ਤੈਨੂੰ ਦੁਬਾਰਾ ਚੇਤਾ ਕਰਾਉਂਦੀ ਆ ਕਿ ਕੁੰਡੀ ਲਾ ਲਈ ਤੇ ਸ਼ਮਸ਼ੀਰ ਕਹਿ ਰਿਹਾ ਹੈ ਮਾਤਾ ਜੀ ਫਿਕਰ ਨਾ ਕਰੋ ਇੱਥੇ ਕੋਈ ਚੋਰ ਨਹੀਂ ਆਉਂਦਾ ਨਿਰਮਲ ਕਹਿ ਰਹੀ ਹੈ ਵੀ ਚੋਰ ਕਿੱਦਾਂ ਦੇ ਹੁੰਦੇ ਨੇ ਸ਼ਮਸ਼ੇਰ ਕਹਿ ਰਿਹਾ ਸ਼ਰਾਰਤ ਨਾਲ ਮੁਸਕਰਾਉਂਦਾ ਆ ਆਪਣੀ ਪੈਨ ਦੇ ਨਾਲ ਸ਼ਰਾਰਤ ਕਰ ਰਿਹਾ ਹੋ ਚੋੜਦੇ ਤੋਂ ਸਿੰਘ ਚੋੜਾ ਮੂੰਹ ਲਾਲ ਅੱਖਾਂ ਹੁੰਦੀਆਂ ਨੇ ਨਿਰਮਲ ਕਹਿ ਰਹੀ ਹੈ ਹਾਈ ਮੈਨੂੰ ਤਾਂ ਡਰ ਲੱਗਣ ਲੱਗ ਪਿਆ ਹੁਣ ਸ਼ਮਸ਼ੇਰ ਕਹਿ ਰਿਹਾ ਬੜੇ ਟਰਪੋਕ ਹੈ ਜੇ ਚੋਰ ਆਇਆ ਤਾਂ ਮੈਂ ਉਹਨੂੰ ਬੁੱਧੂਕ ਨਾਲ ਉਡਾ ਦੇਵਾਂ ਤੇ ਨਿਰਮਲ ਕਹਿ ਰਹੀ ਹੈ ਸਿਪਾਈ ਇੰਨਾ ਚੋਰਾਂ ਨੂੰ ਕਿਉ ਫੜਦੇ ਸ਼ਮਸ਼ੇਰ ਕਹਿ ਰਿਹਾ ਸਾਡੇ ਪਿਤਾ ਜੀ ਇੰਨਾ ਚੋਰਾਂ ਡਾਕੂਆਂ ਨੂੰ ਫੜਦੇ ਹੋਏ ਹੀ ਤਾਂ ਕਸ਼ਮੀਰ ਵਿੱਚ ਚੱਕਮੀ ਹੋਏ ਸਨ ਨਿਰਮਲ ਕਹਿ ਰਹੀ ਹੈ ਪਰियां ਅੱਖਾਂ ਦੇ ਨਾਲ ਮਤਲਬ ਕਿ ਉਹਦੀ ਅੱਖਾਂ ਦੇ ਵਿੱਚ ਪਾਣੀ ਹੈ ਕਦੋਂ ਆਉਣਗੇ ਪਿਤਾ ਜੀ ਸ਼ਮਸ਼ੀਰ ਕਹਿ ਰਿਹਾ ਹੈ ਪੋਲੀ ਉਹ ਹੁਣ ਨਹੀਂ ਆਉਣਗੇ ਨਿਰਮਲ ਕਹਿ ਰਹੀ ਹੈ ਹੂੰ ਮਾਤਾ ਜੀ ਕਹਿੰਦੇ ਨੇ ਆਉਣ ਵਾਲੇ ਨੇ ਹਸਪਤਾਲ ਵਿੱਚ ਨੇ ਸ਼ਮਸ਼ੀਰ ਕਹਿ ਰਿਹਾ ਹੈ ਤੂੰ ਅਜੇ ਬੱਚੀ ਐ ਤੇਰਾ ਦਿਲ ਰੱਖਣ ਲਈ ਉਹਨਾਂ ਗੱਲ ਬਣਾਈ ਐ ਨਿਰਵਲ ਕੈਰੀਏ ਝੂਠਾ ਇੱਕ ਆਦਮੀ ਅੰਦਰ ਚਾਕਦਾ ਹੈ ਤੇ ਨਿਰਵਲ ਡਰ ਕੇ ਸ਼ਮਸ਼ੀਰ ਦੇ ਨਾਲ ਲੱਗ ਜਾਂਦੀ ਹੈ ਤੇ ਸ਼ਮਸ਼ੀਰ ਕਹਿੰਦਾ ਹੈ ਕੀ ਗੱਲ ਹੈ ਸ਼੍ਰੀਮਾਨ ਜੀ ਸ਼੍ਰੀਮਾਨ ਉਸ ਨੂੰ ਬੰਦੇ ਲਈ ਵਰਤਿਆ ਗਿਆ ਹੈ ਉਹ ਬੰਦੇ ਨੂੰ ਪੁੱਛ ਰਿਹਾ ਹੈ ਕਿ ਕੀ ਗੱਲ ਹੈ ਤੇ ਜਿਹੜਾ ਵਿਅਕਤੀ ਆ ਉਹ ਕਹਿ ਰਿਹਾ ਹੈ ਬੇਟਾ ਤੇਰੀ ਮਾਤਾ ਦਾ ਕੀ ਕੀ ਨਾਮ ਹੈ ਮਤਲਬ ਕਿ ਤੇਰੀ ਮਾਂ ਦਾ ਕੀ ਨਾਮ ਹੈ ਤੇ ਸ਼ਮਸ਼ੀਰ ਕਹਿ ਰਿਹਾ ਹੈ ਬੜੇ ਮਾਨ ਦੇ ਨਾਲ ਸ਼੍ਰੀਮਤੀ ਰਣਬੀਰ ਕੌਰ ਤੇ ਉਹ ਵਿਅਕਤੀ ਕਹਿੰਦਾ ਹੈ ਹਾਂ ਰਣਬੀਰ ਕੌਰ ਖੁਸ਼ੀ ਪ੍ਰਗਟ ਕਰ ਰਿਹਾ ਨਾਲ ਠੀਕ ਹੈ ਤੇਰੇ ਪਿਤਾ ਜੀ ਤੇ ਸ਼ਮਸ਼ੇਰ ਕਹਿ ਰਿਹਾ ਹੈ ਸੂਬੇਦਾਰ ਅਰਜਨ ਸਿੰਘ ਪਿਛਲੇ ਸਾਲ ਕਸ਼ਮੀਰ ਦੀ ਲੜਾਈ ਵਿੱਚ ਤੇ ਉਹ ਚੁੱਪ ਹੋ ਜਾਂਦਾ ਹੈ ਹੁਣ ਵਿਅਕਤੀ ਕਹਿ ਰਿਹਾ ਹੈ ਸ਼ਮਸ਼ੇਰ ਨੂੰ ਕੁੱਟ ਕੇ ਜੱਫੀ ਪਾ ਲੈਂਦਾ ਹੈ ਤੇ ਕਹਿੰਦਾ ਬਸ ਬਸ ਮੈਂ ਟਿਕਾਣੇ ਪੁੱਜ ਗਿਆ ਟਿਕਾਣੇ ਪੁੱਜ ਗਿਆ ਮਤਲਬ ਕਿ ਮੈਂ ਇੱਥੇ ਹੀ ਆਉਣਾ ਸੀਗਾ ਬੇਟੀ ਕਿਉਂ ਡਰਦੀ ਹੈ ਆ ਮੇਰੇ ਕੋਲ ਪੈਨਰ ਪੈਨਰਨ ਵੀਰ ਕਿੱਥੇ ਹੈ ਤੇ ਉਹ ਸ਼ਮਸ਼ੇਰ ਅੱਗੋਂ ਕਹਿ ਰਿਹਾ ਹੈ ਕੀ ਤੁਸੀਂ ਸਾਡੇ ਮਾਮਾ ਜੀ ਹੋ ਤੇ ਨਿਰਮਲ ਕੈਰੀਅਰ ਡਰ ਤੋਂ ਰਾਤ ਮਿੰਸ ਕਿਉ ਨਿਰਮਲ ਦਾ ਡਰ ਖਤਮ ਹੋ ਗਿਆ ਵਾ ਅੰਕਲ ਜੀ ਇੱਥੇ ਬੈਠੋ ਸ਼ਮਸ਼ੇਰ ਕਹਿ ਰਿਹਾ ਹੈ ਮਾਮਾ ਜੀ ਤੁਸੀਂ ਕਦੋਂ ਆਏ ਹੋ ਤੇ ਉਹ ਵਿਅਕਤੀ ਜਵਾਬ ਦੇ ਰਿਹਾ ਹੈ ਬੇਟਾ ਮੈਂ ਅੱਜ ਹੀ ਮਲਾਇਆ ਤੋਂ ਆਇਆ ਹਾਂ ਮਲਾਇਆ ਬੱਚੋ ਕੰਟਰੀ ਦਾ ਨਾਮ ਹੈ ਬੜੀ ਮੁਸ਼ਕਲ ਨਾਲ ਕਰ ਲੱਭਾ ਏ ਮੈਨੂੰ ਇੰਨਾ ਹੀ ਪਤਾ ਸੀ ਤੁਸੀਂ ਕਰੋਲ ਬਾਗ ਵਿੱਚ ਰਹਿੰਦੇ ਹੋ ਤੇ ਕਰੋਲ ਬਾਗ ਦਿੱਲੀ ਦਾ ਇੱਕ ਏਰੀਆ ਹੈ ਸ਼ਮਸ਼ੇਰ ਕਹਿ ਰਿਹਾ ਹੈ ਪਰ ਸਾਡੇ ਮਾਮਾ ਜੀ ਤਾਂ ਅਫਰੀਕਾ ਵਿੱਚ ਰਹਿੰਦੇ ਨੇ ਮਾਮਾ ਕੋ ਜਵਾਬ ਦੇ ਰਿਹਾ ਹੈ ਮੈਂ ਅਫਰੀਕਾ ਤੋਂ ਆਂਦਾ ਹੋਇਆ ਕੁਝ ਦਿਨ ਮਲਾਇਆ ਠਹਿਰ ਗਿਆ ਸਾਂ ਤੇ ਸ਼ਮਸ਼ੀਰ ਜਵਾਬ ਦੇ ਰਿਹਾ ਹੈ ਮਾਮਾ ਜੀ ਅਫਰੀਕਾ ਕਿੱਧਰ ਤੇ ਮਲਾਇਆ ਕਿੱਧਰ ਤੁਸੀਂ ਪੰਗੋਲ ਨਹੀਂ ਪੜਿਆ ਲੱਗਦਾ ਤੇ ਨਿਰਮਲ ਜਵਾਬ ਦੇ ਰਹੀ ਹੈ ਹੁਣ ਵੀ ਮੈਂ ਨਕਸ਼ਿਆਂ ਵਾਲੀ ਕਾਪੀ ਲਿਆਵਾਂ ਤੇ ਸ਼ਮਸ਼ੀਰ ਕਹਿ ਰਿਹਾ ਹੈ ਨਹੀਂ ਪੈਨ ਮੈਂ ਤਾਂ ਮਾਮਾ ਜੀ ਨੂੰ ਮੁਖ ਖੋਲ ਕੀਤਾ ਹੈ ਇਹ ਠੀਕ ਕਹਿੰਦੇ ਨੇ ਅਫਰੀਕਾ ਵਾਲਾ ਜਹਾਜ਼ ਸਿੰਗਾਪੁਰੋ ਹੋ ਕੇ ਕੋਲਕਾਤਾ ਪੁੱਜਦਾ ਹੈ ਮਾਮਾ ਕਹਿ ਰਹੇ ਨੇ ਪੈਣ ਜੀ ਕਿੱਥੇ ਗਏ ਹੋਏ ਨੇ ਸ਼ਮਸ਼ੇਰ ਜਵਾਬ ਦੇ ਰਿਹਾ ਹੈ ਤੁਹਾਨੂੰ ਰਾਹ ਵਿੱਚ ਨਹੀਂ ਮਿਲੇ ਉਹਨੇ ਤਾਂ ਬਾਹਰ ਨਿਕਲੇ ਨੇ ਤੁਸੀਂ ਬਾਜ਼ਾਰ ਵੱਲੋਂ ਤੋਂ ਆਏ ਹੋ ਮਾਮਾ ਜੀ ਕਹਿ ਰਹੇ ਨੇ ਉਹ ਅਸਲ ਵਿੱਚ ਮੈਂ ਚਿਰ ਪਿੱਛੋਂ ਆਇਆ ਪੈਣ ਨੇ ਮੈਨੂੰ ਨਹੀਂ ਪਛਾਨਿਆ ਹੋਣਾ ਮੇਰਾ ਧਿਆਨ ਤਾਂ ਘਰ ਲੱਭਣ ਵਿੱਚ ਸੀ ਤੁੰ ਸ਼ਮਸ਼ੇਰ ਕਹਿ ਰਿਹਾ ਹੈ ਮਾਮਾ ਜੀ ਇਹ ਅਟਾਚੀ ਰੱਖ ਦਿਓ ਆਰਾਮ ਨਾਲ ਬੈਠੋ ਦੱਸੋ ਕੀ ਸੇਵਾ ਕਰੀਏ ਚਾਹ ਬਣਾਈਏ ਤੇ ਨਿਰਮਲ ਕਹਿ ਰਹੀ ਹੈ ਮੈਂ ਬਿਸਕੁਟ ਲਿਆ ਮਾਮਾ ਜੀ ਅਸੀਂ ਕੱਲ ਹੀ ਬਣਾਏ ਨੇ ਤੇ ਮਾਮਾ ਕੀ ਕਹਿ ਰਹਾ ਨਹੀਂ ਮੈਂ ਸਟੇਸ਼ਨ ਤੇ ਖਾ ਪੀ ਕੇ ਆਇਆ ਹਾਂ ਅਟੈਚੀ ਖੋਲ ਕੇ ਆ ਦੇਖੋ ਮੈਂ ਤੁਹਾਡੇ ਲਈ ਵਿਲੈਤੀ ਖਿਡੋਣਾ ਲਿਆ ਹਾਂ ਵਿਲੈਤੀ ਮਤਲਬ ਕਿ ਬਾਹਰ ਦੇ ਤੇ ਨਿਰਮਲ ਕੀ ਕਹਿ ਰਹੀ ਹੈ ਇੱਕ ਖਿਡੋਣਾ ਫੜ ਕੇ ਵੀਰ ਇਤਨਾਂ ਦਾ ਖਿਡੋਣਾ ਉਧਰ ਕਨਾਟ ਪਲੇਸ ਦੇਖਿਆ ਸੀ ਤੇ ਬੱਚੋ ਕਨਾਟ ਪਲੇਸ ਵੀ ਦਿੱਲੀ ਚ ਇੱਕ ਜਗ੍ਹਾ ਦਾ ਨਾਮ ਹੈ ਜਿੱਥੇ ਕਿ ਲੋਕ ਸ਼ੋਪਿੰਗ ਕਰਨ ਜਾਂਦੇ ਨੇ ਤੇ ਸ਼ਮਸ਼ੀਰ ਕਹਿ ਰਿਹਾ ਹਾਂ ਹਾਂ ਬਿਲਕੁਲ ਇਹੋ ਜਿਹਾ ਸੀ ਮਾਮਾ ਤੁਸੀਂ ਇਹਨਾਂ ਨਾਲ ਮਾਮਾ ਕੀ ਕਹਿ ਰਿਹਾ ਹੁਣ ਤੁਸੀਂ ਇਹਨਾਂ ਨਾਲ ਖੇਡੋ ਤੇ ਸ਼ਮਸ਼ੀਰ ਮਾਮਾ ਜੀ ਤੁਸੀਂ ਤੇ ਮਾਮਾ ਕਹਿ ਰਿਹਾ ਮੈਂ ਤੁਹਾਡਾ ਕਾਰ ਦੇਖਦਾ ਹਾਂ ਸ਼ਮਸ਼ੀਰ ਕਹਿ ਰਿਹਾ ਆਓ ਮਾਮਾ ਜੀ ਮੈਂ ਤੁਹਾਨੂੰ ਕਾਰ ਦਿਖਾਵਾਂ ਤੇ ਮਾਮਾ ਕਹਿ ਰਿਹਾ ਪਿਆਰ ਕਰਦਾ ਹੋਇਆ ਮੇਰਾ ਪਾਂਜਾ ਤਾਂ ਬਹੁਤ ਹੀ ਹੁਨਰ ਲੜਕਾ ਹੈ ਕਿਹੜੀ ਜਮਾਤ ਹੈ ਤੇ ਸ਼ਮਸ਼ੀਰ ਜਵਾਬ ਦੇ ਰਿਹਾ ਮਾਮਾ ਜੀ ਅਜੇ ਤਾਂ ਛਵੀ ਵਿੱਚ ਹਾਂ ਤੇ ਮਾਮਾ ਜਵਾਬ ਦੇ ਰਿਹਾ ਹੈ ਬਸ ਇਹੋ ਤੋਂ ਕਮਰੇ ਨੇ ਸ਼ਮਸ਼ੇਰ ਉਹ ਕੋ ਕਹਿ ਰਿਹਾ ਹਾਂ ਮਾਮਾ ਜੀ ਮਾਮਾ ਸੌਂਦੇ ਕਿੱਥੇ ਹੋ ਤੇ ਸ਼ਮਸ਼ੇਰ ਜਵਾਬ ਦੇ ਰਿਹਾ ਬਸ ਅੱਥੇ ਰਾਤ ਨੂੰ ਚੀਜ਼ਾਂ ਇਕੱਠੀਆਂ ਕਰ ਦਿੰਦੇ ਹਾਂ ਮਾਮਾ ਕੀ ਕਹਿ ਰਿਹਾ ਹੁਣ ਅੰਦਰ ਵੱਲ ਜਾਂਦਾ ਹੋਇਆ ਸਟੋਰ ਵਿੱਚ ਸਮਾਨ ਕਿੰਨਾ ਕੁ ਹੈ ਸ਼ਮਸ਼ੇਰ ਮਾਮਾ ਜੀ ਫੌਜੀਆਂ ਕੋਲ ਸਮਾਨ ਬਹੁਤਾ ਬਹੁਤ ਥੋੜਾ ਹੁੰਦਾ ਹੈ ਹੁੰਦਾ ਅਸੀਂ ਕਾਫੀ ਬਣਾ ਲਿਆ ਹੈ ਤੇ ਮਾਮਾ ਕਹਿ ਰਿਹਾ ਤੁਹਾਡੀ ਮਾਂ ਰੁਪਏ ਪੈਸੇ ਤੇ ਜੇਵਰ ਕਿੱਥੇ ਰੱਖਦੀ ਹੈ ਮੇਰੀ ਜੇਬ ਨੋਟਾਂ ਨਾਲ ਪਰੀ ਹੋਈ ਹੈ ਸ਼ਮਸ਼ੀਰ ਜਵਾਬ ਦੇ ਰਿਹਾ ਹੈ ਮਾਮਾ ਜੀ ਹੌਲੇ ਹੌਲੇ ਲਵੋ ਹੌਲੇ ਲਵੋ ਮਤਲਬ ਕਿ ਆਪਣਾ ਜਿਹੜਾ ਸਮਾਨ ਆ ਉਹ ਲਾ ਲਵੋ ਠੀਕ ਹੈ ਰੱਖ ਦੋ ਉਹਨਾਂ ਨੂੰ ਕਿਤੇ ਤੇ ਮਾਮਾ ਕਹਿ ਰਿਹਾ ਹੈ ਪਰ ਇਹਨਾਂ ਨੂੰ ਮੈਂ ਰੱਖਾਂ ਕਿੱਥੇ ਸ਼ਮਸ਼ੀਰ ਜਵਾਬ ਦੇ ਰਿਹਾ ਹੈ ਮਾਮਾ ਜੀ ਮੇਂ ਛੇਠਿਕ ਪੇਟੀ ਪਈ ਹੈ ਉਸ ਵਿੱਚ ਹੀ ਮਾਤਾ ਜੀ ਸਾਰੇ ਗੈਨੇਂਦ ਤੇ ਨਕਦੀ ਰੱਖਦੇ ਨੇ ਨਕਦੀ ਮਤਲਬ ਪੈਸੇ ਉਸ ਦੀ ਚਾਬੀ ਉਹ ਅੰਗਿੱਟੀ ਪੋਸ਼ੇਟ ਪਈ ਹੈ ਤੇ ਮਾਮਾ ਜਵਾਬ ਦੇ ਰਿਹਾ ਹੈ ਸ਼ਾਬਾਸ਼ ਤੂੰ ਬਹੁਤ ਹੁਸ਼ਿਆਰ ਹੈਂ ਦੋਵੇਂ ਮੇਰੇ ਨਾਲ ਅੰਦਰ ਆਓ ਤੁਹਾਨੂੰ ਨੋਟ ਵਿਖਾਵਾਂ ਤੇ ਸ਼ਮਸ਼ੀਰ ਕਹਿ ਰਿਹਾ ਹੈ ਮਾਮਾ ਜੀ ਤੁਸੀਂ ਨੋਟ ਸੰਭਾਲੋ ਅਸੀਂ ਰਸੋਈ ਵਿੱਚ ਤੁਹਾਡੇ ਖਾਣ ਪੀਣ ਦਾ ਪ੍ਰਬੰਧ ਕਰਦੇ ਹਾਂ ਮਾਤਾ ਜੀ ਪਤਾ ਨਹੀਂ ਕਦੋਂ ਆਉਣ ਤੇ ਮਾਮਾ ਕੀ ਕਹਿ ਰਹੇ ਤੂੰ ਸੱਚਮੁੱਚ ਬਹੁਤ ਸਿਆਣਾ ਬਾਲਕ ਹੈ ਤੁਸੀਂ ਅੱਗ ਬਾਲੋ ਮੈਂ ਨੌਟ ਰੱਕੇ ਹੁਨੇ ਆਇਆ ਤੇ ਮਾਮਾ ਜਿਹੜਾ ਸਟੋਰ ਚ ਚਲਾ ਜਾਂਦਾ ਏ ਤੇ ਸ਼ਮਸ਼ੀਰ ਪਹਿਲਾਂ ਤਾਂ ਰਸੋਈ ਵੱਲ ਜਾਂਦਾ ਏ ਫਿਰ ਬੜੀ ਫੁਰਤੀ ਦੇ ਨਾਲ ਮਤਕੀ ਬੜੀ ਤੇਜ਼ੀ ਦੇ ਨਾਲ ਕਮਰੇ ਦੇ ਦਵਾਜੇ ਦੀ ਕੁੰਡੀ ਲਾ ਦਿੰਦਾ ਹੈ ਤੇ ਮਾਮਾ ਸ਼ੋਰ ਪੰਦਾ ਏ ਕੁੰਡਾ ਕਿਉਂ ਬੰਦ ਕੀਤਾ ਏ ਤੇ ਸ਼ਮਸ਼ੀਰ ਕਹਿੰਦਾ ਏ ਮਾਮਾ ਜੀ ਥੋੜਾ ਆਰਾਮ ਕਰ ਲਵੋ ਨਾਲੇ ਖਾਣ ਲਈ ਕੋਈ ਚੀਜ਼ ਤਿਆਰ ਹੋ ਜਾਵੇਗੀ ਤੇ ਮਾਮਾ ਕਹ ਰਿਹਾ ਕਾਲਾ ਪੈ ਕੇ ਠਹਿਰ ਜਾ ਮੈਂ ਹੁਨੇ ਤਨੂੰ ਠੀਕ ਕਰਦਾ ਹੈ ਸ਼ਮਸ਼ੇਰ ਜਵਾਬ ਦੇ ਰਿਹਾ ਹੈ ਮਾਮਾ ਜੀ ਖਬਰੋਂ ਦੇ ਕਿਉਂ ਹੋ ਹੁਣੇ ਖੋਲ ਦੇਵਾਂਗਾ ਨਿਰਮਲ ਦੇ ਕੰਨ ਵਿੱਚ ਹੋਲੀ ਜੀ ਹੋਲੀ ਜੀ ਕਹਿ ਰਿਹਾ ਹੈ ਤੂੰ ਇੱਥੇ ਠਹਿਰ ਮੈਂ ਹੁਣੇ ਆਇਆ ਡੈਰੀ ਨਾ ਤੇ ਦਰਵਾਜ਼ਾ ਜੋਰ-ਜੋਲ ਨਾਲ ਖੜਕਦਾ ਵਾ ਤੇ ਨਿਰਮਲ ਮਿੰਸ ਕੀ ਪੈਪੀਤ ਹੋ ਜਾਂਦੀ ਹੈ ਪੈਪੀਤ ਹੀ ਮਿੱਡਰ ਕੇ ਕਦੇ ਅੰਦਰ ਦੇਖਦੀ ਆ ਤੇ ਕਦੇ ਬਾਹਰ ਤੇ ਰੋਸ਼ਨ ਨਾਂ ਦਾ ਜਿਹੜਾ ਸ਼ੀਸ਼ਾ ਟੁੱਟਣ ਦੀ ਆਵਾਜ਼ ਆਉਂਦੀ ਹੈ ਨਿਰਮਲ ਬਾਰ-ਬਾਰ ਭੱਜ ਜਾਂਦੀ ਹੈ ਤੇ ਸ਼ਮਸ਼ੇਰ ਛਿਤੀ-ਛਿਤੀ ਵਾਪਸ ਆਂਦਾ ਹੈ ਉਹ ਮਾਮਾ ਕੀ ਕਹਿ ਰਿਹਾ ਹੈ ਕੁੰਡੀ ਖੋਲ ਦੇ ਚਟਪਟ ਨਹੀਂ ਤਾਂ ਤੈਨੂੰ ਜਾਨੋਂ ਮਾਰ ਦਿਆਂਗਾ ਤੇ ਸ਼ਮਸ਼ੇਰ ਕਹਿ ਰਿਹਾ ਰੋਸ਼ਨਦਾਨ ਵਾਲ ਵੇਖਦਾ ਹੋਇਆ ਜੇ ਤੂੰ ਬਾਹਰ ਸਿਰ ਕੱਢਿਆ ਤਾਂ ਮੈਂ ਤੈਨੂੰ ਗੋਲੀ ਨਾਲ ਉਡਾ ਦਿਆਂਗਾ ਫੇਰ ਨਾ ਕਹਿਣਾ ਪਾਂਜੇ ਨੇ ਕੋਈ ਲਿਹਾਜ ਨਹੀਂ ਕੀਤਾ ਸ਼ਮਸ਼ੇਰ ਬੰਦੂਕ ਚਲਾਉਂਦਾ ਹੈ ਅੰਦਰ ਇੱਕਦਮ ਖੜਕਾ ਬੰਦ ਹੋ ਜਾਂਦਾ ਹੈ ਤੇ ਨਿਰਮਲ ਕਹਿੰਦੀ ਹੈ ਹੋਲੀ ਵੀਰ ਇਹ ਚੋਰ ਹੈ ਤੇ ਸ਼ਮਸ਼ੇਰ ਜਵਾਬ ਦੇ ਰਿਹਾ ਚਲਾਕ ਚੋਰ ਕੱਪੜੇ ਦੇਖਿਆ ਕਿਨੇ ਸੋਨੇ ਪਾਏ ਨੇ ਮਾਮਾ ਕਹਿ ਰਿਹਾ ਹੈ ਬੇਟਾ ਕੁੰਡੀ ਖੋਲ ਮੈਂ ਤੈਨੂੰ ਸੁਗਾਤ ਦਿਆਂ ਸੁਗਾਤ ਮਤਲਬ ਗਿਫਟ ਦਿਆਂ ਸ਼ਮਸ਼ੀਰ ਕਹਿ ਰਿਹਾ ਹੈ ਮਾਮਾ ਜੀ ਕੁੰਡੀ ਖੋਲਣ ਵਾਲੇ ਖੁਦ ਹਾਜ਼ਰ ਹੋ ਗਏ ਨੇ ਮਾਮਾ ਕੀ ਕਹਿ ਰਿਹਾ ਹੈ ਕੌਣ ਤੇ ਸ਼ਮਸ਼ੀਰ ਜਵਾਬ ਦੇ ਰਿਹਾ ਹੈ ਖਾਕੀ ਵਰਦੀ ਵਾਲੇ ਮਤਲਬ ਕਿ ਪੁਲਿਸ ਵਾਲੇ ਤੇ ਥਾਣੇਦਾਰ 25 ਪੱਤੀ ਨੰਬਰ ਮਕਾਨ ਇਹੋ ਹੈ ਤੇ ਸ਼ਮਸ਼ੀਰ ਜਵਾਬ ਦੇ ਰਿਹਾ ਹੈ ਜੀ ਹਾਂ ਤੇ ਥਾਣੇਦਾਰ ਬੰਦੂਕ ਤੂੰ ਚਲਾਈ ਸੀ ਸ਼ਮਸ਼ੀਰ ਕਹਿ ਰਿਹਾ ਹੈ ਜੀ ਹਾਂ ਤਾਨੇ ਦੇ ਮੁਸਕਰੋਂਦੇ ਹੋਏ ਸ਼ਮਸ਼ੀਰ ਹੱਥੋਂ 에ਅਰ ਗਨ ਫੜਦਾ ਹੋਇਆ ਫੋਨ ਕਿਸ ਨੇ ਕੀਤਾ ਸੀ ਜੀ ਮੈਂ ਹੀ ਕੀਤਾ ਸੀ ਜਰਾ ਅੰਦਰ ਤੇ ਸ਼ਰੀਫ ਲਿਆਓ ਮਤਲਬ ਕਿ ਅੰਦਰ ਆਓ ਸਾਡੇ ਇੱਕ मामा ਜੀ ਮਲਾਇਆ ਤੋਂ ਆਏ ਨੇ ਉਹ ਸਟੋਰ ਦਾ ਦਰਵਾਜ਼ਾ ਪੰਨ ਰਹੇ ਨੇ ਸਫਰ ਨਾਲ ਸ਼ਾਇਦ ਇਹਨਾਂ ਦੇ ਦਿਮਾਗ ਨੂੰ ਗਰਮੀ ਚੜ ਗਈ ਹੈ ਉਹ ਦੇਖੋ ਰੋਸ਼ਨਦਾਨ ਦਾ ਸ਼ੀਸ਼ਾ ਤੋੜ ਦਿੱਤਾ ਹੈ ਤੇ ਸਿਪਾਹੀ ਕਹਿੰਦਾ ਹੈ ਕਾਕਾ ਸਿੱਧੀ ਤਰ੍ਹਾਂ ਗੱਲ ਕਰ ਸ਼ਮਸ਼ੀਰ جواب ਦਿੰਦਾ ਹੈ ਉਹ ਕੁੰਡੀ ਖੋਲ ਕੇ ਖੁਦ ਦੇਖ ਲੋ ਮਾਮਾ ਜੀ ਅੰਦਰ ਛੁਪ ਕੇ ਬੈਠੇ ਨੇ ਤੇ ਥਾਣੇਦਾਰ ਕਮਰੇ ਦਾ ਦਰਵਾਜ਼ਾ ਖੋਲਦਾ ਹੈ ਉਹ ਵਿਅਕਤੀ ਸਹਿਮਿਆ ਹੋਇਆ ਖੜ੍ਹਾ ਹੈ ਸਹਿਮਿਆ ਹੋਇਆ ਮਤਲਬ ਡਰ ਕੇ ਖਲੋਤਾ ਹੋਇਆ ਸੀ ਤੇ ਥਾਣੇਦਾਰ ਕਹਿੰਦਾ ਹੈ ਕੋਣ ਹੈ ਤੂੰ ਤੇ ਮਾਮਾ ਕੋ ਜਵਾਬ ਦੇ ਰਿਹਾ ਮੈਂ ਤਾਂ ਕਰਦਾ ਮਹਿਮਾਨ ਹਾਂ ਪੁੱਛ ਲੋ ਪਾਵੇਂ ਮਹਿਮਾਨ ਮਤਲਬ ਗੈਸਟ ਤੇ ਥਾਣੇਦਾਰ ਕਹਿ ਰਿਹਾ ਕਿਉਂ ਕਾਕਾ ਤੇ ਸ਼ਮਸ਼ੀਰ ਜਵਾਬ ਦੇ ਰਿਹਾ ਜੀ ਹਾਂ ਇਹ ਸਾਡੇ ਚੋਰ ਮਾਮਾ ਜੀ ਨੇ ਪੰਡਾਕਾਰ ਹੀ ਲੁੱਟਣ ਆਵੜੇ ਨੇ ਹਵਾਲਾਤ ਵਿੱਚ ਡੱਕ ਕੇ ਇਹਨਾਂ ਦੀ ਸੇਵਾ ਕਰੋ ਮਿਹਰਬਾਨੀ ਹੋਵੇਗੀ ਤੇ ਥਾਣੇਦਾਰ ਕਹਿ ਰਿਹਾ ਹੁਣ ਨਤੁਰਾਮ ਲਾਹਤ ਕਢੀ ਦੇ ਤੇ ਨਤੁਰਾਮ ਥਾਣੇਦਾਰ ਸਾਹਿਬ ਇਹ ਤਾਂ ਖੜਕਾ ਏ ਥਾਣੇਦਾਰ ਕਹਿ ਰਿਹਾ ਪਛਾਨ ਕਿ ਤੂੰ ਖੁਸ਼ ਹੋ ਕੇ ਹੈ ਖੜਕਾ ਇਹ ਤਾਂ ਇਨਾਮੀ ਚੋਰ ਹੈ ਕਈਆਂ ਘਰਾਂ ਦੇ ਬੱਚਿਆਂ ਦਾ ਮਾਮਾ ਬਣ ਚੁੱਕਾ ਹੈ ਇਨਾਮੀ ਚੋਰ ਮਤਲਬ ਕਿ ਉਹਦੇ ਉੱਪਰ ਇਨਾਮ ਰੱਖਿਆ ਹੋਇਆ ਸੀ ਕਿ ਜੜਾ ਉਹਨੂੰ ਫੜੇਗਾ ਉਸ ਨੂੰ ਇਨਾਮ ਦਿੱਤਾ ਜਾਏਗਾ ਸ਼ਮਸ਼ੇਰ ਕੀ ਕਹਿ ਰਹਾ ਹੈ ਫੇਰ ਤਾਂ ਥਾਨੇਦਾਰ ਜੀ ਸਾਡੇ ਮਾਮਾ ਜੀ ਦੀ ਖੂਬ ਸੇਵਾ ਕਰੋ ਤਰਨਬੀਰ ਖੋਰ ਕਬਰਾਈ ਹੋਈ ਛੇਤੀ ਛੇਤੀ ਅੰਦਰ ਆਉਂਦੀ ਹੈ ਉਸ ਨਾਲ ਦੋ ਚਾਰ ਹੋਰ ਆਂਡੀ ਗਵੰਡੀ ਹਨ ਤਰਨਬੀਰ ਕਹਿ ਰਹੀ ਹੈ ਸ਼ੇਰੇ ਕੀ ਗੱਲ ਹੋਈ ਪੁੱਤਰ ਤੇ ਸ਼ਮਸ਼ੇਰ ਜਵਾਬ ਦੇ ਰਿਹਾ ਮਾਤਾ ਜੀ ਕਬਰਾਉ ਨਾ ਮਾਮਾ ਜੀ ਫੜੇ ਗਏ ਨੇ ਬਹੁਤ ਅਫਸੋਸ ਹੈ ਤੇ ਥਾਨੇਦਾਰ ਕੀ ਕਹਿ ਰਹਾ ਹੈ ਪੈਂਜੀ ਆਪ ਦਾ ਲੜਕਾ ਬਹੁਤ ਬਹਾਦਰ ਹੈ ਇਸਨੇ ਅਜੀ ਕੀ ਨਾਮੀ ਚੋਰ ਫੜਿਆ ਹੈ ਇਹ ਸ਼ਹਿਰ ਵਿੱਚ ਕਈ ਕਰ ਲੁੱਟ ਚੁੱਕਾ ਹੈ ਆਪ ਦੇ ਬੱਚੇ ਨੂੰ 500 ਰੁਪਏ ਇਨਾਮ ਮਿਲੇਗਾ ਸ਼ਮਸ਼ੀਰ ਨੂੰ ਥਾਪੀ ਦਿੰਦੇ ਹੋਇਆ ਸ਼ਾਬਾਸ਼ ਬਹਾਦਰ ਬੱਚੇ ਸਾਡੇ ਮੁਲਕ ਨੂੰ ਤੇਰੇ ਜਿਹੇ ਦਲੇਰ ਬੱਚਿਆਂ ਦੀ ਲੋੜ ਹੈ ਕੁਝ ਚਿਰ ਰੁੱਕ ਕੇ ਤੁਸੀਂ ਅੱਜ ਆਜ਼ਾਦੀ ਦਿਵਸ ਵੇਖਣੇਗੇ ਤੇਨਬੀਰ ਕਹਿ ਰਹੀ ਹੈ ਜੀ ਪਿਛਲੇ ਸਾਲ ਇਹਨਾਂ ਦੇ ਪਿਤਾ ਕਸ਼ਮੀਰ ਦੀ ਲੜਾਈ ਵਿੱਚ ਤੇ ਉਹ ਚੁੱਪ ਕਰ ਜਾਂਦੀ ਹੈ ਥਾਣੇਦਾਰ ਕਹਿੰਦਾ ਹੈ ਅੰਗੀਠੀ ਤੇ ਪਈ ਫੋਟੋ ਵੇਖਦਾ ਹੋਇਆ ਅੱਛਾ ਅੱਛਾ ਇਹ ਨੇ ਸੂਬੇਦਾਰ ਅਰਜਨ ਸਿੰਘ ਜਿਨ੍ਹਾਂ ਨੂੰ ਪਿਛਲੇ ਸਾਲ ਵੀਰ ਚੱਕਰ ਮਿਲਿਆ ਸੀ ਬੜਾ ਖੁਸ਼ਕਿਸਮਤਕਰ ਹੈ ਤੇਨ ਵੀ ਰੱਖਾ ਪੁੰਛਦੀ ਹੋਈ ਬੈਠੋ ਜੀ ਤੇ ਥਾਣੇਦਾਰ ਕਹਿ ਰਿਹਾ ਹੈ ਪੈਨ ਤੂੰ ਬਹੁਤ ਪਾਗਾ ਵਾਲੀ ਐ ਪਾਗਾ ਵਾਲੀ ਮਤਲਬ ਕਰਮਾ ਵਾਲੀ ਬਹਾਦਰ ਪਿਤਾ ਦੇ ਕਰ ਬਹਾਦਰ ਪੁੱਤਰ ਪੈਦਾ ਹੋਇਆ ਹੈ ਤੇ ਸਿਪਾਈ ਕਹਿ ਰਿਹਾ ਹੈ ਮਾਤਾ ਜੀ ਇਹ ਜਰਾ ਨਹੀਂ ਘਬਰਾਇਆ ਤੇ ਥਾਣੇਦਾਰ ਕਹਿ ਰਿਹਾ ਹੈ ਇਹ ਬਾਲਕ ਤਾਂ ਖਾਨਦਾਨ ਦਾ ਹੋਰ ਉੱਚਾ ਨਾਮ ਹੋਰ ਉੱਚਾ ਕਰੇਗਾ ਸ਼ਮਸ਼ੇਰ ਨੂੰ ਪਿਆਰ ਕਰਦਾ ਹੋਇਆ ਸ਼ਾਬਾਸ਼ ਭਾਦ ਤੂੰ ਤੇਰੇ ਜਿਹੇ ਲਾਲਾਂ ਦੀ ਲੋੜ ਹੈ ਤੇ ਸਿਪਾਈ ਨੂੰ ਕਹਿ ਰਿਹਾ ਹੈ ਇਸ ਬਾਜੀ ਨੂੰ ਥਾਣੇਲਾ ਚ ਲੋ ਪੈਨ ਜੀ ਤੁਹਾਨੂੰ ਵੀ ਕਸ਼ਟ ਦਿਆਂਗੇ ਸ਼ਮਸ਼ੇਰ ਨੂੰ ਛੇਤੀ ਹੀ ਨਗਦੀ ਨਾਮ ਮਿਲੇਗਾ ਤੇ ਥਾਣੇਦਾਰ ਚਲਾ ਜਾਂਦਾ ਹੈ ਨਰਬੀਰ ਤੇ ਸ਼ਮਸ਼ੇਰ ਹੱਥ ਚੋੜ ਕੇ ਵਿਦਾ ਕਰਦੇ ਹਨ ਨਰਬੀਰ ਮਮਤਾ ਭਰੀਆਂ ਨਜ਼ਰਾਂ ਨਾਲ ਵੇਖਦੀ ਹੋਈ ਮੇਰਾ ਸ਼ੇਰ ਪੁੱਤਰ ਸ਼ਮਸ਼ੀਰ ਬਹਾ ਵਿੱਚ ਲਿਫਟ ਕੇ ਮਾਤਾ ਜੀ ਤੇ ਨਿਰਮਲ ਮੈਂ ਕਿਤੇ ਡਰੀ ਸੀ ਸ਼ਮਸ਼ੀਰ ਹੋਰ ਨਹੀਂ ਸਾਰੇ ਹਸਪੰਦੇ ਹਨ ਰਣਬੀਰ ਨਿਰਮਲ ਨੂੰ ਵੀ ਪਿਆਰ ਕਰਦੀ ਹੈ ਤੇ ਬੱਚਿਓ ਇਹਦੇ ਨਾਲ ਇਕਾਂਗੀ ਖਤਮ ਹੁੰਦੀ ਹੈ ਹੁਣ ਅਸੀਂ ਕਰਾਂਗੇ ਇਸ ਦਾ ਅਭਿਆਸ ਪਹਿਲੇ ਕਰਾਂਗੇ ਖੇਡ ਲਿਖ ਕੇ ਪ੍ਰਸ਼ਨਾਂ ਦੇ ਉੱਤਰ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ ਤੇ ਪਹਿਲਾ ਕੀ ਹੈ ਇਕਾਂਗੀ ਵਿੱਚ ਇਸਤਰੀ ਪਾਤਰ ਦਾ ਕੀ ਨਾਮ ਹੈ ਤੇ ਬੱਚਿਓ ਇਹਦੀ অপਸ਼ਨ 1 ਨੂੰ ਕਲਿੱਕ ਕਰ ਟਿਕ ਕਰੋ ਬਲਬੀਰ ਕੌਰ ਦੂਸਰਾ ਹੈ ਇਕਾਂਗੀ ਵਾਲੀ ਕਟਨਾ ਕਿਸ ਇਤਿਹਾਸਿਕ ਦਿਨ ਵਾਲੀ ਹੈ ਤੇ ਇਹਦੇ ਵਿੱਚ ਵੀ ਨੰਬਰ 1 ਨੂੰ ਟਿਕ ਕਰੋ 26 ਜਨਵਰੀ ਨੂੰ ਤੇ ਨੈਕਸਟ ਹੈ ਮਾਂ ਦੇ ਜਾਣ ਤੋਂ ਬਾਅਦ ਬੱਚਿਆਂ ਕੋਲ ਕੌਣ ਆ ਗਿਆ ਸੀ ਤੇ ਇਹਦੇ ਵਿੱਚ ਤੀਸਰੇ ਨੰਬਰ ਨੂੰ ਟਿਕ ਕਰੋ ਇਹਦੇ ਵਿੱਚ ਆਏਗਾ ਮਾਮਾ ਤੇ ਨੈਕਸਟ ਹੈ ਕਿ ਮਾਮਾ ਅਸਲ ਵਿੱਚ ਬੱਚਿਆਂ ਦਾ ਮਾਮਾ ਸੀ ਤੇ ਇਹਦਾ ਆਏਗਾ ਨਹੀਂ ਨੈਕਸਟ ਹੈ ਮਾਮੇ ਦੇ ਪੇਸ ਵਿੱਚ ਆਏ ਵਿਅਕਤੀ ਨੇ ਖੁਦ ਨੂੰ ਕਿਸ ਦੇਸ਼ ਤੋਂ ਆਇਆ ਦੱਸਿਆ ਤੇ ਇਹਦਾ ਆਏਗਾ ਅੰਸਰ ਮਲਾਇਆ ਹੁਣ ਹੈ ਖਾਲੀ ਥਾਂ ਪਰੋ ਪਹਿਲਾ ਹੈ ਮੈਨੂੰ ਤਾਂ ਡੈਸ਼ ਲੱਗਨ ਲੱਗ ਪਿਆ ਇਹਦੇ ਚ ਆਏਗਾ ਡਰ ਮੈਨੂੰ ਤਾਂ ਡਰ ਲੱਗਨ ਲੱਗ ਪਿਆ ਦੂਸਰਾ ਹੈ ਸਾਡੇ ਮਾਮਾ ਜੀ ਤਾਂ ਡੈਸ਼ ਵਿੱਚ ਰਹਿੰਦੇ ਹਨ ਇਹਦੇ ਚ ਆਏਗਾ ਅਫਰੀਕਾ ਕਿ ਮਾਮਾ ਜੀ ਅਫਰੀਕਾ ਵਿੱਚ ਰਹਿੰਦੇ ਹਨ ਤੀਸਰਾ ਹੈ ਸੂਬੇਦਾਰ ਅਰਜਨ ਸਿੰਘ ਡੈਸ਼ ਦੀ ਲੜਾਈ ਵਿੱਚ ਸ਼ਹੀਦ ਹੋਏ ਕਿਹੜੀ ਲੜਾਈ ਚੋਏ ਕਸ਼ਮੀਰ ਦੀ ਲੜਾਈ ਚ ਨੈਕਸਟ ਹੈ ਦਰਵਾਜਾ ਡੈਸ਼ ਨਾਲ ਖੜਕਦਾ ਹੈ ਜੋਰ-ਜੋਰ ਨਾਲ ਨੈਕਸਟ ਤੂੰ ਬਹੁਤ ਸਿਆਣਾ ਡੈਸ਼ ਹੈ ਤੂੰ ਬਹੁਤ ਸਿਆਣਾ ਬਲਕ ਹੈ ਹੁਣ ਹੈ ਵਾਕ ਵਾਕਾਂ ਦੇ ਵਿੱਚ ਵਰਤੋ ਲੇਕਿਨ ਉਸ ਤੋਂ ਪਹਿਲੇ ਅਸੀਂ ਕਰਦੇ ਹਾਂ ਸ਼ਬਦ ਜੋੜ ਨੂੰ ਸ਼ੁੱਧ ਕਰਕੇ ਲਿਖੋ ਪਹਿਲਾ ਹੈ ਦਰਵਾਜਾ ਤੇ ਬੱਚਿਓ ਮੈਂ ਇਹਨਾਂ ਦੇ ਜਿਹੜਾ ਸ਼ੁੱਧ ਰੂਪ ਹੈ ਉਹ ਲਿਖਿਆ ਹੋਇਆ ਹੈ ਤੁਸੀਂ ਦੇਖ ਕੇ ਲਿਖ ਸਕਦੇ ਹੋ ਹੁਣ ਹੈ ਪ੍ਰਸ਼ਨਾਂ ਦੇ ਉੱਤਰ ਇਹਦਾ ਪਹਿਲਾ ਪ੍ਰਸ਼ਨ ਹੈ ਸ਼ਮਸ਼ੇਰ ਦੇ ਪਿਤਾ ਜੀ ਦਾ ਕੀ ਨਾਮ ਸੀ ਉਹ ਕਿਸ ਲੜਾਈ ਵਿੱਚ ਸ਼ਹੀਦ ਹੋ ਗਏ ਸਨ ਤੇ ਬੱਚਿਓ ਦਾ ਉੱਤਰ ਲਿਖੋ ਸੂਬੇਦਾਰ ਅਰਜਨ ਸਿੰਘ ਤੇ ਉਹ ਕਸ਼ਮੀਰ ਦੀ ਲੜਾਈ ਵਿੱਚ ਸ਼ਹੀਦ ਹੋਏ ਸਨ ਦੂਸਰਾ ਕੁਐਸਚਨ ਆਏਗਾ ਬੱਚਿਆਂ ਦੇ ਮਾਮੇ ਦੇ ਰੂਪ ਵਿੱਚ ਆਏ ਚੋਰ ਨੂੰ ਪੁਲਿਸ ਦੇ ਹਵਾਲੇ ਕਿਵੇਂ ਕੀਤਾ ਤੇ ਇਹਦਾ ਉੱਤਰ ਆਏਗਾ ਕਿ ਬੱਚਿਆਂ ਨੇ ਚੋਰ ਨੂੰ ਕਮਰੇ ਵਿੱਚ ਬੰਦ ਕਰਕੇ ਪੁਲਿਸ ਨੂੰ ਫੋਨ ਕਰ ਦਿੱਤਾ ਥਰਡ ਕੁਐਸਚਨ ਹੈ ਰਣਬੀਰ ਕੋਰ ਨੇ ਸ਼ਮਸ਼ੇਰ ਨੂੰ ਸ਼ੇਰ ਪੁੱਤਰ ਕਿਉਂ ਆਖਿਆ ਇਹਦਾ ਆਨਸਰ ਆਏਗਾ ਕਿਉਂਕਿ ਸ਼ਮਸ਼ੇਰ ਨੇ ਬੜੀ ਬਹਾਦਰੀ ਨਾਲ ਚੋਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਸੀ ਹੁ ਨੈਕਸਟ ਹੈ ਕੁਐਸਚਨ ਥਾਣੇਦਾਰ ਨੇ ਸ਼ਮਸ਼ੇਰ ਬਾਰੇ ਕੀ ਕਿਹਾ ਤੇ ਇਹਦਾ ਉੱਤਰ ਆਏਗਾ ਥਾਣੇਦਾਰ ਨੇ ਕਿਹਾ ਕਿ ਇਹ ਬਾਲਕ ਖਾਨਦਾਨ ਦਾ ਨਾਮ ਰੋਸ਼ਨ ਕਰੇਗਾ ਭਾਰਤ ਨੂੰ ਇਹੋ ਜਿਹੇ ਲਾਲਾਂ ਦੀ ਲੋੜ ਹੈ ਨੈਕਸਟ ਤੇ ਲਾਸਟ ਕੁਐਸਚਨ ਸ਼ਮਸ਼ੇਰ ਦੇ ਚਰਿੱਤਰ ਬਾਰੇ 3 ਸਤਰਾਂ ਲਿਖੋ ਤੇ ਬੱਚਿਓ ਇਹਦੇ ਵਿੱਚ ਆਏਗਾ ਕਿ ਸ਼ਮਸ਼ੇਰ ਬੜਾ ਬਹਾਦਰ ਲੜਕਾ ਸੀ ਉਹ ਆਪਣੀ ਭੈਣ ਨੂੰ ਬਹੁਤ ਪਿਆਰ ਕਰਦਾ ਸੀ ਤੇ ਉਹ ਆਗਿਆਕਾਰੀ ਪੁੱਤਰ ਸੀ ਤੇ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਉਹ ਇੱਕ ਸਮਝਦਾਰ ਬਾਲਕ ਸੀ ਹੁਣ ਅਸੀਂ ਕਰਾਂਗੇ ਹੇਠ ਲਿਖੇ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਿਆ ਤੁਸੀਂ ਹਿੰਦੀ ਅਤੇ ਇੰਗਲਿਸ਼ ਵਿੱਚ ਵੀ ਲਿਖੋ ਤੇ ਬੱਚਿਓ ਨਕਸ਼ੇ ਨੂੰ ਹਿੰਦੀ ਵਿੱਚ ਨਕਸ਼ਾ ਕਹਿੰਦੇ ਨੇ ਤੇ ਅੰਗਰੇਜ਼ੀ ਵਿੱਚ ਮੈਪ ਕਹਿੰਦੇ ਨੇ ਤੇ ਸੁਗਾਤ ਨੂੰ ਹਿੰਦੀ ਵਿੱਚ ਵੀ ਸੁਗਾਤੀ ਕਹਿੰਦੇ ਨੇ ਤੇ ਲੇਕਿਨ ਅੰਗਰੇਜ਼ੀ ਵਿੱਚ ਗਿਫਟ ਕਹਿ ਦਿੰਦੇ ਨੇ ਤੇ ਜੇਵਰ ਜੇਵਰ ਨੂੰ ਹਿੰਦੀ ਵਿੱਚ ਵੀ ਜੇਵਰੀ ਕਹਿੰਦੇ ਨੇ ਲੇਕਿਨ ਅੰਗਰੇਜ਼ੀ ਵਿੱਚ ਜੁਐਲਰੀ ਕਹਿ ਦਿੰਦੇ ਨੇ ਮਤਲਬ ਗਹਿਣੇ ਤੇ ਫੁੱਲ ਫੁੱਲ ਨੂੰ ਹਿੰਦੀ ਚ ਵੀ ਹਿੰਦੀ ਚ ਫੁੱਲ ਕਹਿੰਦੇ ਨੇ ਤੇ ਅੰਗਰੇਜ਼ੀ ਵਿੱਚ ਫਲਾਵਰ ਕਹਿੰਦੇ ਨੇ ਤੇ ਚਾਹ ਨੂੰ ਹਿੰਦੀ ਚ ਚਾਹੇ ਤੇ ਅੰਗਰੇਜ਼ੀ ਦੇ ਵਿੱਚ ਟੀ ਕਹਿੰਦੇ ਨੇ ਹੁਣ ਹੇਠ ਲਿਖੇ ਵਾਕਾਂ ਵਿੱਚੋਂ ਵਿਸ਼ੇਸ਼ਣ ਸ਼ਬਦ ਚੁਣੋ ਉਹ ਸ਼ਬਦ ਚੁਣਾਂਗੇ ਜਿਹੜੇ ਕਿ ਵਾਕ ਦੀ ਵਿਸ਼ੇਸ਼ਤਾ ਨੂੰ ਦੱਸ ਰਹੇ ਨੇ ਤੇ ਪਹਿਲਾ ਹੈ ਸ਼ਮਸ਼ੇਰ 15 ਕੋ ਸਾਲ ਦਾ ਸੀ ਇਹਦੇ ਵਿੱਚ ਕਿਹੜੀ ਵਿਸ਼ੇਸ਼ਣ ਹੈ ਕਿਹੜਾ ਵਿਸ਼ੇਸ਼ਣ ਹੈ 15 ਕਿਉਂਕਿ ਉਹਦੀ ਵਿਸ਼ੇਸ਼ਤਾ ਕੀ ਹੈ ਕਿ ਉਹ ਸਾਲ ਦੱਸ ਰਿਹਾ ਕਿ ਉਹ 15 ਸਾਲਾਂ ਦਾ ਸੀ ਨੈਕਸਟ ਹੈ ਗਲੀ ਸੁੰਨਮ ਸੁੰਨੀ ਪਈ ਸੀ ਇਹਦੇ ਵਿੱਚ ਵਿਸ਼ੇਸ਼ਣ ਕਿਹੜਾ ਲੱਗਿਆ ਹੋਇਆ ਹੈ ਸੁੰਨਮਸੰਨੀ ਉਹ ਗਲੀ ਬਾਰੇ ਦੱਸ ਰਿਹਾ ਕਿ ਜਿਹੜੀ ਗਲੀ ਸੀ ਉਹ ਸੁੰਨਮਸੰਨੀ ਸੀ ਗਲੀ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਤੀਸਰਾ ਹੈਗਾ ਵਿਅਕਤੀ ਨੇ ਸ਼ਮਸ਼ੇਰ ਨੂੰ ਬਹੁਤ ਡੈਸ਼ ਨੋਟ ਬਹੁਤ ਸਾਰੇ ਨੋਟ ਵਿਖਾਏ ਤੇ ਬੱਚਿਓ ਇਹਦੇ ਵਿੱਚ ਵਿਸ਼ੇਸ਼ਣ ਆਏਗਾ ਸਾਰੇ ਨੈਕਸਟ ਹੈ ਫੌਜੀਆਂ ਕੋਲ ਬਹੁਤ ਥੋੜਾ ਸਮਾਨ ਹੁੰਦਾ ਹੈ ਇਹਦੇ ਵਿੱਚ ਵਿਸ਼ੇਸ਼ਣ ਆਏਗਾ ਥੋੜਾ ਕਿਉਂਕਿ ਉਹ ਸਮਾਨ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ ਕਿ ਉਹਨਾਂ ਕੋਲ ਥੋੜਾ ਜਿਹਾ ਮਾਨ ਹੁੰਦਾ ਹੈ ਨੈਕਸਟ ਮੇਰਾ ਪਾਂਜਾ ਬਹੁਤ ਹੋਂਹਾਰ ਲੜਕਾ ਹੈ ਤੇ ਬੱਚਿਓ ਇਹਦੇ ਵਿੱਚ ਹੋਂਹਾਰ ਵਿਸ਼ੇਸ਼ਣ ਸ਼ਬਦ ਹੈ ਕਿਉਂਕਿ ਉਹ ਲੜਕੇ ਦੀ ਵਿਸ਼ੇਸ਼ਤਾ ਨੂੰ ਦੱਸ ਰਿਹਾ ਹੈ ਤੇ ਹੁਣ ਲਾਸਟ ਹੈ ਤੁਸੀਂ ਇਸੇ ਕੰਗੀ ਵਿੱਚੋਂ ਇਸ ਸਬੰਧ ਵਿੱਚ ਕੀ ਸਿੱਖਿਆ ਹੈ ਕਿ ਅਚਾਨਕ ਆਈ ਵਿਪਤਾ ਵਿੱਚ ਤੁਸੀਂ ਕਿਵੇਂ ਉਸ ਦਾ ਸਾਹਮਣਾ ਕਰਨਾ ਹੈ ਤੇ ਅਗਰ ਤੁਹਾਨੂੰ ਇਸ ਦਾ ਉੱਤਰ ਪਤਾ ਹੈ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਇਹ ਵੀ ਦੱਸਿਓ ਤੇ ਅਗਰ ਤੁਹਾਨੂੰ ਵੀਡੀਓ ਪਸੰਦ ਹੈ ਆਪਣੇ ਫਰੈਂਡਸ ਨਾਲ ਸ਼ੇਅਰ ਕਰਿਓ ਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ